ਕਪੂਰਥਲਾ ਦੇ ਪਿੰਡ ਖੁਖਰੈਣ ਵਿੱਚ 2 ਸਾਲਾਂ ਦੇ ਮਾਸੂਮ ਬੱਚੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਬੱਚੇ ਦੀ ਮੌਤ ਅਚਨਚੇਤ ਸੀ ਜਾਂ ਫਿਰ ਇਹ ਮਰਡਰ ਸੀ, ਇਸ ਗੱਲ ਦਾ ਖੁਲਾਸਾ ਹਲੇ ਨਹੀਂ ਹੋ ਸਕਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਦੀ ਲਾਸ਼ ਉਹਨਾਂ ਨੂੰ ਗੁਆਂਢੀਆਂ ਦੇ ਘਰੋਂ ਵਾਸ਼ਿੰਗ ਮਸ਼ੀਨ ਵਿੱਚੋਂ ਮਿਲੀ ਹੈ। ਦੱਸ ਦਈਏ ਕਿ ਪਰਿਵਾਰ ਵਾਲਿਆਂ ਵੱਲੋਂ ਗੁਆਂਢੀਆਂ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਹ ਛੋਟਾ ਸੀਗਾ? ਇਹ ਵੱਡਾ ਸੀ, ਉਹ ਛੋਟਾ ਸੀ। ਅੱਛਾ, ਉਹ ਛੋਟਾ ਸੀਗਾ। ਤੇ ਮਾਰਿਆ ਕਿਨੇ? ਕੀ ਨਾਂ ਉਹਨਾਂ ਦਾ? ਨਾਂ ਦਾ ਨਹੀਂ ਪਤਾ। ਕੋਈ ਪੁਰਾਣਾ ਕੋਈ ਰੰਜੇ ਸੀ ਕੀ ਗੱਲ ਜੀ? ਸਰ ਕੀ ਨਾਂ ਸੀ ਬੱਚੇ ਦਾ, ਕਿੰਨੇ ਸਾਲ ਉਮਰ ਸੀ, ਕੀ ਗੱਲ ਹੋਈ? ਸਰ ਅਦਰਾਜ਼ ਨਾਂ ਦਾ, ਅਦਰਾਜ਼ ਜੀ। 2 ਸਾਲ ਉਮਰ ਆ, ਜੋ ਕਿ ਜਿਸਦੀ ਡੈਡ ਬੋਡੀ ਵੀ ਲੈਂਦੀ ਗਈ ਐਮਰਜੈਂਸੀ ਵਾਰਡ 'ਚ, ਅਤੇ ਖੁਖਰੈਣ ਜਿਹੜਾ ਪਿੰਡ ਆ ਉੱਥੋਂ ਲੈ ਕੇ ਆਏ ਆ। ਠੀਕ ਹੈ, ਕੁਛ ਸਰ ਡਿਟੇਲ ਹੈ ਕਿੱਦਾਂ ਇਹ ਮਰਿਆ? ਡਿਟੇਲ ਨਹੀਂ ਇਹਨਾਂ ਨੂੰ ਕੁਛ ਨਹੀਂ, ਕਹਿੰਦੇ ਗੁਆਂਢ 'ਚ ਗਿਆ, ਉਹਨਾਂ ਇੱਕ ਮਸ਼ੀਨ ਕੱਪੜੇ ਧੋਣ ਵਾਲੀ ਮਸ਼ੀਨ 'ਚ ਪਾਇਆ ਸੀ। ਅੱਛਾ, ਉਹ 'ਚੋਂ ਮਿਲਿਆ ਬਰੋਟਡ ਪਾਇਆ। ਠੀਕ ਹੈ। ਰੰਗਲਾ ਟੀਵੀ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ।